ਮੈਂ ਇੱਕ ਬੇਨਤੀ ਕਰਾਂ ਜੀ, ਸਿੱਖੀ ਦੇ ਵਿੱਚ ਜਿਹੜਾ ਵੀ ਗੁਰੂ ਨੂੰ ਸਮਰਪਿਤ ਹੁੰਦਾ ਹੈ, ਉਸ ਸੁਪਰੀਮ ਅਥਾਰਟੀ ਨੂੰ ਸਮਰਪਿਤ ਹੁੰਦਾ ਹੈ, ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਾ ਹੈ, ਤੇ ਝੋਲੀ ਵੀ ਉਹਦੀ ਭਰਦੀ ਹੈ ਜੀ। ਤੇ ਜੇ ਸਤਿ ਸੁਖਬੀਰ ਸਿੰਘ ਬਾਦਲ ਨੇ ਸਮਰਪਣ ਦੀ ਭਾਵਨਾ ਦੇ ਨਾਲ ਕਿਸੇ ਬਿਨਾਂ ਦਲੀਲ ਤੋਂ, ਬਿਨਾਂ ਕਿਸੇ ਆਰਗੂਮੈਂਟ ਤੋਂ ਸਮਰਪਣ ਦੀ ਭਾਵਨਾ ਦਿਖਾਈ ਹੈ, ਤੇ ਸਿੱਖ ਦਾ ਫਰਜ਼ ਵੀ ਇਹੀ ਬਣਦਾ ਹੈ। ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਵਡਿਆਈ ਨਹੀਂ ਗੀ ਕਿ ਆਪਾਂ ਕਹਿ ਦਈਏ ਲਓ ਜੀ ਉਹਨੇ ਸਾਰਾ ਕੁਛ ਹੀ ਬੜੀ ਵੱਡੀ ਗੱਲ ਕਰਤੀ ਜੀ, ਉਹਨੇ ਦੇਖੋ ਜੀ ਖੁੱਲੇ ਮਨ ਦੇ ਨਾਲ ਆਪਦੀ ਝੋਲੀ ਚ ਸਭ ਕੁਛ ਪਵਾ ਲਿਆ, ਇਹ ਗੱਲਾਂ ਨਹੀਂ। ਸਿੱਖ ਦੀ ਭਾਵਨਾ ਹੀ ਇਹੋ ਜਿਹੀ ਚਾਹੀਦੀ ਹੈ, ਤੇ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਭਾਵਨਾ ਦਿਖਾਈ ਹੈ ਉਹ ਇੱਕ ਜਿਹੜੀ ਸਿੱਖ ਦੀ ਭਾਵਨਾ ਹੋਣੀ ਚਾਹੀਦੀ ਹੈ ਉਹਦੀ ਉਹਨਾਂ ਨੇ ਪ੍ਰਗਟਾਵਾ ਕੀਤਾ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਬੜੇ ਉਸ ਇਤਿਹਾਸਕ ਲੈਟਰ ਦੀ ਵੀ ਗੱਲ ਕੀਤੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 17 ਅਕਤੂਬਰ 2015 ਦੇ ਵਿੱਚ ਜਦੋਂ ਘਟਨਾਵਾਂ ਵਾਪਰੀਆਂ ਤੇ ਅਜੇ ਅਣਕਿਆਸੀ ਜਿਹੜੇ ਹਾਲਾਤ ਬਣੇ ਹੋਏ ਸੀਗੇ ਉਸ ਸਮੇਂ ਜਿਹੜੀ ਉਹਨਾਂ ਨੇ ਵੇਦਨਾ ਪੀੜਾ ਪਛਤਾਪ ਦੀ ਭਾਵਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਸੀ, ਆਪਣਾ ਉਹ ਇਤਿਹਾਸਕ ਪੱਤਰ ਦਿੱਤਾ ਸੀ ਉਹਦਾ ਵੀ ਜ਼ਿਕਰ ਕੀਤਾ ਹੈ ਕਿ ਸਾਡੀ ਭਾਵਨਾ ਕੀ ਹੈ। ਔਰ ਉਹਨਾਂ ਨੇ ਇਸ ਗੱਲ ਨੂੰ ਵੀ ਖੁੱਲ੍ਹ ਦਿਲੀ ਨਾਲ ਸਵੀਕਾਰ ਕੀਤਾ ਕਿ 2007 ਤੋਂ ਲੈ ਕੇ ਅਕਤੂਬਰ 2015 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਗਲਤੀਆਂ ਹੋਈਆਂ ਨੇ, ਤੇ ਸਵੀਕਾਰ ਕਰਨਾ ਜਦੋਂ ਇੰਨਾ ਸਭ ਕੁਛ ਹੀ ਹੈ ਤੇ ਫਿਰ ਉਹਨਾਂ ਨਾਲ ਹੀ ਇਹ ਕਹਿਤਾ ਕਿ ਮੈਂ ਉਹ ਜਿਹੜੀਆਂ ਗਲਤੀਆਂ ਨੇ ਭੁੱਲਾਂ ਨੇ ਮੈਂ ਝੋਲੀ ਅੱਡ ਕੇ ਗੁਰੂ ਪੰਥ ਦੇ ਕੋਲੋਂ ਆਪਦੀ ਝੋਲੀ 'ਚ ਪਾਉਂਦਾ ਹੈ, ਤੇ ਜੋ ਵੀ ਸਿੰਘ ਸਾਹਿਬਾਨ ਖਾਲਸਾ ਪੰਥ ਮੈਨੂੰ ਹੁਕਮ ਕਰੇਗਾ ਉਹ ਖਿੜੇ ਮੱਥੇ ਪ੍ਰਵਾਨ ਕਰਾਂਗਾ। ਬਿਲਕੁਲ ਵਲਟੋਆ ਸਾਹਿਬ, ਇੱਕ ਦੋ ਸਵਾਲ ਨੇ ਇਸੇ ਦੇ ਵਿੱਚ ਵਾਲੇ, ਮੈਂ ਰਣਬੀਰ ਸਿੰਘ ਰਾਣਾ ਨਿਊਜ਼ ਰੂਮ ਤੋਂ ਜੁੜਿਆ। ਦਰਅਸਲ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਇੱਕ ਲੈਟਰ ਦਿੱਤੀ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ, ਇੱਕ ਤਾਂ ਉਹਦੇ ਵਿੱਚ ਲਿਖਿਆ ਕਿ ਕੁਝ ਸੀਨੀਅਰ ਆਗੂਆਂ ਦੇ ਵੱਲੋਂ, ਤਾਂ ਇਹ ਮੰਨਿਆ ਜਾਵੇ ਕਿ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹ ਸੀਨੀਅਰ ਨੇ ਜਿਨ੍ਹਾਂ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਪਹਿਲਾਂ ਤਾਂ? ਇਸ ਗੱਲ ਤੋਂ ਅਸੀਂ ਕਦੀ, ਚਾਹੇ ਉਹਨਾਂ ਨੇ ਰਸਤਾ ਤਿਆਰ ਕਰ ਲਿਆ ਉਹਨਾਂ ਦੀ ਸੀਨੀਓਰਟੀ ਨੂੰ, ਤੇ ਕਦੀ ਅਸੀਂ ਉਹਦੇ ਤੇ ਕੁਐਸਚਨ ਨਹੀਂ ਖੜਾ ਕੀਤਾ ਜੀ। ਉਹ ਤੇ ਕੁਦਰਤੀ ਹੈ ਕਿ ਉਸ ਸਮੇਂ ਜਦੋਂ ਇਹ ਚਿੱਠੀ ਦਿੱਤੀ ਗਈ ਹੈ ਜੀ, ਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਵੀ ਸੀਗੇ, ਉਸ ਸਮੇਂ ਉਹਨਾਂ ਦੇ ਵਿਰੁੱਧ ਐਕਸ਼ਨ ਵੀ ਨਹੀਂ ਸੀ ਹੋਇਆ। ਠੀਕ ਹੈ, ਹਾਂਜੀ, ਤੇ ਉਹਨਾਂ ਦੀ ਅੱਜ ਵੀ ਸੀਨੀਅਰ ਨੇ। ਠੀਕ ਹੈ ਵਲਟੋਆ ਸਾਹਿਬ, ਚਾਰ ਚੀਜ਼ਾਂ ਦਾ ਜ਼ਿਕਰ ਉਸ ਚਿੱਠੀ ਦੇ ਵਿੱਚ ਜਿਹੜੇ ਇਹਨਾਂ ਸੀਨੀਅਰ ਆਗੂਆਂ ਦੀ ਗੱਲ ਕੀਤੀ ਜਾ ਰਹੀ ਹੈ ਅਕਾਲ ਤਖ਼ਤ ਸਾਹਿਬ 'ਤੇ ਚਿੱਠੀ ਦਿੱਤੀ, ਚਾਰ ਚੀਜ਼ਾਂ ਦਾ ਜ਼ਿਕਰ ਸੀ ਉਸ ਦੇ ਵਿੱਚ, ਚਾਹੇ ਉਹ ਰਾਮ ਰਹੀਮ ਖਿਲਾਫ਼ ਕੇਸ ਵਾਪਸ ਲੈਣਾ, ਚਾਹੇ ਉਹ ਡੀ ਜੀ ਪੀ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣਾ, ਤਾਂ ਇਸ ਦੇ ਨਾਲ ਹੀ ਜਿਹੜੇ ਕੇਸ ਵਾਪਸ ਲਏ ਜਾਂ ਬੇਅਦਬੀ ਦਾ ਇਨਸਾਫ਼ ਨਹੀਂ ਦਵਾ ਸਕਿਆ, ਇਹ ਸਾਰੀਆਂ ਚੀਜ਼ਾਂ ਸੀ ਉਸ ਚਿੱਠੀ ਦੇ ਵਿੱਚ। ਕੀ ਇਹ ਸਾਰੀਆਂ ਮੰਨਿਆ ਜਾਵੇ ਕਿ ਗਲਤੀਆਂ ਸਵੀਕਾਰ ਕਰ ਲਈਆਂ ਗਈਆਂ ਨੇ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਸਾਤੋਂ ਗਲਤੀਆਂ ਹੋਈਆਂ ਨੇ? ਦੇਖੋ ਮੈਂ ਡਿਟੇਲ 'ਚ ਨਹੀਂ ਪਾਉਂਗਾ ਜੀ, ਕਿਉਂਕਿ ਇਹ ਜਿਹੜਾ ਮਸਲਾ ਆ ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਜੀ। ਇੱਕ ਆਮ ਅਦਾਲਤ 'ਚ ਵੀ
ਕੋਈ ਕੇਸ ਵਿਚਾਰ ਅਧੀਨ ਹੁੰਦਾ ਆ ਤੇ ਤੁਸੀਂ ਵੀ ਉਤੋਂ ਆਪਣੇ ਆਪ ਨੂੰ ਅਵੈਡ ਕਰਦੇ ਜੇ ਤੇ ਅਸੀਂ ਵੀ ਕਰਦੇ ਹਾਂ ਕਿ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਚਾਰ ਚਰਚਾ ਕਰਨੀ ਜਿਹੜਾ ਸਭ ਜਿਹੜੇ ਮਸਲਾ ਆ ਉਹ ਇੱਥੇ ਤੱਕ ਵਿਧਾਨ ਸਭਾ ਦੇ ਵਿੱਚ ਵੀ ਹੁੰਦਾ ਹੈ ਇਹ ਤੇ ਫਿਰ ਸਿੱਖਾਂ ਦੀ ਸੁਪਰੀਮ ਅਥਾਰਟੀ ਕੋਲ ਜਿਹੜੀ ਦੁਨੀਆਂ ਦਾ ਸਭ ਤੋਂ ਵੱਡਾ ਤਖ਼ਤ ਹੈ ਜਿਹੜੀ ਦੁਨੀਆਂ ਦੀ ਸਭ ਤੋਂ ਸੁਪਰੀਮ ਅਦਾਲਤ ਹੈ ਉਹਦੇ ਵਿੱਚ ਪੈਂਡਿੰਗ ਹੈ ਜਿਹੜੇ ਸਵਾਲ ਤੁਸੀਂ ਉਠਾਏ ਇਹ 'ਚ ਕੋਈ ਦਰਾਮਾ ਨਹੀਂ ਉਹਨਾਂ ਨੇ ਸਵਾਲ ਉਠਾਏ ਹੈ ਸਰ ਸੁਖਬੀਰ ਸਿੰਘ ਬਹਾਦਰ ਹੋਰਾਂ ਨੇ ਆਪਦੀ ਅਰਜ਼ੀ ਦੇ ਕੇ ਸਪਸ਼ਟੀਕਰਨ ਦਿੱਤਾ ਆ ਉਹਨਾਂ ਨੂੰ ਵਿਚਾਰਨ ਤੋਂ ਬਾਅਦ ਹੀ ਸਿੰਘ ਸਾਹਿਬਾਨ ਕੋਈ ਫੈਸਲਾ ਲੈਣਗੇ ਜੋ ਵੀ ਉਹ ਫੈਸਲਾ ਲੈਣਗੇ ਜਿਹੜੇ ਉਹਨਾਂ ਦੇ ਵਿਰੁੱਧ ਗੱਲਾਂ ਕੀਤੀਆਂ ਗਈਆਂ ਨੇ ਜਿਹੜੀਆਂ ਤੁਸੀਂ ਗੱਲ ਕਰਦੇ ਜੇ ਰਾਮ ਰਹੀਮ ਬਾਰੇ ਹੈ ਸੈਣੀ ਬਾਰੇ ਹੈ ਉਹਨਾਂ ਬਾਰੇ ਤਰਤੀਬ ਦੇ ਨਾਲ ਹਰੇਕ ਬਿੰਦੂ ਦੇ ਉੱਤੇ ਹੀ ਸਿੰਘ ਸਾਹਿਬਾਨ ਜਿਹੜਾ ਵਿਚਾਰ ਕਰਨਗੇ ਬਾਕੀ ਜਿਸ ਤੱਕ ਸੈਣੀ ਬਾਰੇ ਹੈ ਇਹ ਨਹੀਂ ਗਾ ਕਿ ਹੁਣ ਮੈਂ ਤਾਂ ਸ਼ੁਰੂ ਤੋਂ ਜਿਸ ਦਿਨ ਉਹਦੇ ਹੁਕਮ ਹੋਏ ਸੀ ਮੈਂ ਉਸੇ ਦਿਨ ਤੋਂ ਵਿਰੋਧ ਕਰਦਾ ਸੀਗਾ ਕਿ ਇਹ ਸਿੱਖ ਭਾਵਨਾਵਾਂ ਦੇ ਵਿਰੁੱਧ ਫੈਸਲਾ ਆ ਤੇ ਮੇਰਾ ਖਿਆਲ ਹੈ ਕਿ ਉਹਦੇ ਤੋਂ ਕੋਈ ਵੀ ਮੁੱਕਰ ਨਹੀਂ ਸਕਦਾ ਤੇ ਬਾਕੀ ਜੋ ਸੁਖਬੀਰ ਸਿੰਘ ਬਾਦਲ ਨੇ ਕਹਿ ਤਾ ਕਿ 2007 ਤੋਂ ਲੈ ਕੇ 2017 ਤੱਕ ਸਾਡੀ ਸਰਕਾਰ ਸਮੇਂ ਗਲਤੀਆਂ ਤੇ ਭੁੱਲਾਂ ਹੋਈਆਂ ਨੇ ਤੇ ਮੇਰਾ ਖਿਆਲ ਇਸ ਤੋਂ ਬਾਅਦ ਕੋਈ ਗੱਲ ਨਹੀਂ ਰਹਿ ਜਾਂਦੀ ਇਸ ਤੋਂ ਬਾਅਦ ਸਿੰਘ ਸਾਹਿਬਾਨ ਦੇ ਫੈਸਲੇ ਦੀ ਆਪਾਂ ਨੂੰ ਵੇਟ ਕਰਨੀ ਚਾਹੀਦੀ ਬਿਲਕੁਲ ਇੱਕ ਛੋਟਾ ਜਿਹਾ ਹੋਰ ਸਵਾਲ ਹੈ ਕਿ ਜਿਹੜੇ ਤੁਹਾਡੇ ਵਿਰੋਧੀ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਉਹ ਇਸ ਗੱਲ ਨੂੰ ਇਹ ਕਹਿੰਦੀ ਆਈ ਆ ਹਮੇਸ਼ਾ ਕਿ ਇਹ ਗਲਤੀਆਂ ਨਹੀਂ ਇਹ ਤਾਂ ਗੁਨਾਹ ਨੇ ਜਿਹੜੇ ਨਾ ਮੁਆਫੀ ਯੋਗ ਹੁੰਦੇ ਨੇ ਇਸ ਤਰ੍ਹਾਂ ਦੇ ਗੁਨਾਹ ਨੇ ਨਹੀਂ ਚਲੋ ਇਹ ਤੇ ਨਾ ਮੇਰੇ ਕਹਿਣ ਤੇ ਕੁਛ ਬਦਲਣਾ ਹੈ ਤੇ ਨਾ ਕਿਸੇ ਹੋਰ ਦੇ ਕਹਿਣ ਤੇ ਬਦਲਣਾ ਰਾਜਨੀਤੀ ਕਰੋ ਜੰਮ ਜੰਮ ਕੇ ਕਰੋ ਧਾਰਮਿਕ ਮਾਮਲਿਆਂ 'ਚ ਦਖਲਦਾਜ਼ੀ ਨਾ ਕਰੋ ਜੀ ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਦੇਖਣਾ ਉੱਥੋਂ ਦੀਆਂ ਪਰੰਪਰਾਵਾਂ ਨੇ ਉੱਥੋਂ ਦੀਆਂ ਰਵਾਇਤਾਂ ਨੇ ਉਹਨਾਂ ਨੇ ਧਾਰਮਿਕ ਮਰਿਆਦਾ ਦੇ ਅਨੁਸਾਰ ਫੈਸਲਾ ਲੈਣਾ ਹੈ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਕਿਸੇ ਨੂੰ ਵੀ ਡਿਕਟੇਟ ਕਰਨ ਦਾ ਅਧਿਕਾਰ ਨਹੀਂ ਜਹੇਦਰ ਸਾਹਿਬਾਨ ਨੂੰ ਤੇ ਨਾ ਡਿਕਟੇਟ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦਾ ਪਿਛਲੇ ਦਿਨਾਂ 'ਚ ਰੁਝਾਨ ਦੇਖਣ ਨੂੰ ਆਇਆ ਕਿ ਸਿੰਘ ਸਾਹਿਬਾਨ ਨੂੰ ਹੁਣ ਆਹ ਕਰਨਾ ਚਾਹੀਦਾ ਜੀ ਉਹ ਕਰਨਾ ਚਾਹੀਦਾ ਇਹ ਰਾਜਨੀਤੀ ਕਰੋ ਹੁਣ ਰਾਜਨੀਤੀ ਪੰਜਾਬ ਦੀ ਇਕੱਲੀ ਇਹੀ ਤੇ ਨਹੀਂ ਰਾਜਨੀਤੀ ਦੇ ਪੰਜਾਬ ਦੇ ਅੰਦਰ ਤਬਾਹੀ ਮੱਚੀ ਪਈ ਹੈ ਜੋ ਕੁਛ ਪੰਜਾਬ ਨੂੰ ਤਬਾਹੀ ਵਾਲੇ ਪਾਸੇ ਆਮ ਆਦਮੀ ਪਾਰਟੀ ਲੈ ਗਈ ਹੈ ਤੇ ਆਪਾਂ ਕਦੀ ਮੇਰਾ ਨਹੀਂ ਖਿਆਲ ਕਿ ਕਦੀ ਇੱਥੇ ਡਿਸਕਸ਼ਨਾਂ ਹੁੰਦੀਆਂ ਹੋਣ ਜਾਂ ਖਬਰਾਂ ਕੋਈ ਚੱਲਦੀਆਂ ਹੋਣ ਜਾਂ ਜਿਹੜੀ ਮੌਜੂਦਾ ਸਰਕਾਰ ਉਹਨੂੰ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਹੋਵੇ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਅੱਜ ਦਾ ਵਿਸ਼ਾ ਨਹੀਂ ਗਾ ਬਾਕੀ ਜੋ ਵੀ ਹੈ ਤਾਂ ਉਹ ਸਿੰਘ ਸਾਹਿਬਾਨ ਦੇ ਉੱਤੇ ਹੈ ਹੁਣ ਤੇ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਹੁਣ ਆਮ ਆਦਮੀ ਪਾਰਟੀ ਦੀ ਗੱਲ ਇਹ ਕਰ ਲਓ ਅੱਜ ਭਗਵੰਤ ਮਾਨ ਹੋਰਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ ਤੇ ਜਗਿੰਦਰ ਸਿੰਘ ਸਪੋਕਸਮੈਨ ਅਦਾਰੇ ਦੇ ਜਿਹੜੇ ਹੈੱਡ ਸੀਗੇ ਜਿਹਨਾਂ ਵਿਰੁੱਧ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸੀਗਾ ਸਿੱਖੀ ਚੋਂ ਖਾਰਜ ਕੀਤਾ ਸੀਗਾ ਉਹਨਾਂ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਪ੍ਰਦੀਪ ਕਲੇਰ ਇਹ ਵੀ ਗੱਲ ਕਹਿੰਦੇ ਨੇ ਕਿ ਰਾਮ ਰਹੀਮ ਵੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਹੋਏ ਸੀ ਤੇ ਉਹਨਾਂ ਨਾਲ ਮੁਲਾਕਾਤ ਸੁਖਬੀਰ ਸਿੰਘ ਬਾਦਲ ਕਰਦੇ ਨੇ ਜਿਹੜੇ ਇਲਜ਼ਾਮ ਪ੍ਰਦੀਪ ਕਲੇਰ ਨੇ ਲਾਏ ਨੇ ਦੇਖੋ ਮੇਰਾ ਖਿਆਲ ਹੈ ਕਿ ਇਹਦੇ ਬਾਰੇ ਅਕਾਲੀ ਦਲ ਦਾ ਸਪਸ਼ਟੀਕਰਨ ਆ ਚੁੱਕਾ ਪੂਰੇ ਡਾਕੂਮੈਂਟਸ ਦੇ ਨਾਲ ਸਬੂਤਾਂ ਦੇ ਨਾਲ
ਉਸ ਤੋਂ ਬਾਅਦ ਉਹਦੀ ਬੋਲਤੀ ਵੀ ਬਣਦਾ ਜੀ। ਠੀਕ ਹੈ ਜੀ, ਉਹ ਕਿੰਨੇ ਇੱਕ ਸਾਸ਼ ਦੇ ਤਹਿਤ ਲਿਆਂਦਾ, ਔਰ ਤੁਹਾਡੇ ਨਿਊਜ਼ 18 ਤੇ ਵੀ ਉਹ ਆਇਆ, ਘੰਟਾ ਭਰ ਤੁਸੀਂ ਉਹਦੇ ਨਾਲ ਗੱਲ ਕੀਤੀ, ਤੁਸੀਂ ਇੱਕ ਵਾਰ ਵੀ ਸਵਾਲ ਕੀਤਾ ਕਿ ਤੂੰ ਤਾਂ ਬੇਅਦਬੀ ਦਾ ਦੋਸ਼ੀ ਹੈ, ਤੂੰ ਤਾਂ ਬੜਾ ਵੱਡਾ ਪਾਪੀ ਹੈ, ਸ਼ੈਤਾਨ ਹੈ, ਤੇਰੀ ਗੱਲ 'ਤੇ ਵਿਸ਼ਵਾਸ ਕਿਵੇਂ ਕਰੀਏ ਜੀ। ਤੁਸੀਂ ਇਹ ਸਵਾਲ ਕੀਤਾ ਕਿ 3 ਬੇਅਦਬੀ ਦੇ ਕੇਸਾਂ ਦੇ ਵਿੱਚ ਤੂੰ ਭਗੌੜਾ ਸੀ, ਅਤੇ ਤੇਰੀ ਇੱਕੇ 'ਚ ਗ੍ਰਿਫਤਾਰੀ ਪਾਈ ਹੈ, ਦੋਵਾਂ 'ਚ ਕਿਉਂ ਨਹੀਂ ਪਾਈ, ਦੋਵਾਂ 'ਚ ਤੈਨੂੰ ਕਿਉਂ ਛੱਡ ਦਿੱਤਾ ਗਿਆ, ਹਾਂਜੀ ਅੱਜ ਤੂੰ ਕਿਉਂ, ਮਤਲਬ ਤੈਨੂੰ ਜਮਾਨ 'ਤੇ ਆਏ ਨੂੰ ਵੀ ਤੁਸੀਂ ਦੇਖ ਲਓ ਕਿ ਅਪ੍ਰੈਲ ਦੇ ਫਸਟ ਵੀਕ 'ਚੋਂ ਬਾਹਰ ਆਉਂਦਾ ਆ ਜੀ, ਤੇ ਅਪ੍ਰੈਲ ਤੋਂ ਲੈ ਕੇ ਅਗਸਤ ਆ ਗਿਆ, 4 ਮਹੀਨੇ ਹੋ ਗਏ, 4 ਮਹੀਨਿਆਂ ਬਾਅਦ ਤੂੰ ਆਣ ਕੇ ਜਿਹੀ ਗੱਲ ਕਰ ਰਿਹਾ ਹੈ, ਠੀਕ ਹੈ ਤੁਹਾਡੀ ਗੱਲ, ਸਭ ਤੇ ਮਸਲਾ ਚੱਲ ਰਿਹਾ ਹੈ ਜੀ ਜੀ, ਤੁਸੀਂ ਸਵਾਲ ਕੀਤਾ ਕਿ ਅੱਜ ਕਿਉਂ ਤੁਹਾਡੇ, ਅਸੀਂ ਨੁਮਾਇੰਦੇ ਨੂੰ ਜਿਹੜੇ ਤੁਹਾਡੇ ਵੀ ਕਲੇਰ ਸਾਹਿਬ ਨੇ ਅਰਸ਼ਦੀਪ ਉਹਨਾਂ ਨੂੰ ਲਿਆ ਤੇ ਉਹ ਸਾਰੇ ਸਵਾਲ ਜਵਾਬ ਹੋਏ। ਚਲੋ ਇਸ ਗੱਲ ਤੋਂ ਅੱਗੇ ਵਧਦੇ ਹਾਂ ਬਟੋਆ ਸਾਹਿਬ, ਇੱਕ ਮੇਰਾ ਲਾਸਟ ਸਵਾਲ ਹੈ ਤੁਹਾਨੂੰ, ਇਸ ਚਿੱਠੀ ਦਾ ਹੀ ਜ਼ਿਕਰ ਵਾਰ-ਵਾਰ ਹੋ ਰਿਹਾ, ਇਸ ਚਿੱਠੀ ਦੇ ਵਿੱਚ ਇੱਕ ਸ਼ਬਦ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਯੂਜ਼ ਕੀਤਾ ਕਿ ਚੇਤ ਅਚੇਤ ਦੇ ਦੌਰਾਨ, ਮਤਲਬ ਚੇਤ ਅਚੇਤ ਉਹਨਾਂ ਤੋਂ ਜੋ ਭੁੱਲਾਂ ਹੋਈਆਂ ਨੇ, ਚੇਤ ਜਾਣੇ 'ਚ ਮੰਨਿਆ ਜਾਵੇ ਕਿ ਜਾਣੇ 'ਚ ਵੀ ਭੁੱਲਾਂ ਹੋਈਆਂ ਨੇ, ਜਾਣੇ 'ਚ ਵੀ ਗਲਤੀਆਂ ਹੋਈਆਂ ਨੇ, ਜਾਣ ਬੁੱਝ ਕੇ ਵੀ ਗਲਤੀਆਂ ਹੋਈਆਂ ਨੇ, ਚੇਤ ਅਚੇਤ ਨੂੰ ਕਿਵੇਂ ਸਮਝੀਏ? ਨਹੀਂ ਹੁਣ ਡੀਜੀਪੀ ਸੈਣੀ ਲਾਉਣਾ ਜਾਣ ਕੇ ਹੋਈ ਜੀ, ਡੀਜੀਪੀ ਸੈਣੀ ਜਿਹੜਾ ਆ ਉਹ ਜਾਣਦੇ ਹੋਏ ਲੱਗਾ ਨੀ ਗਾ ਜੀ, ਹਾਂਜੀ ਜੇ ਉਹ ਡੀਜੀਪੀ ਸੈਣੀ ਲੱਗਾ ਆ ਤੇ ਇਹ ਤਾਂ ਗੱਲ ਹੈ ਨੀ ਜੀ ਕਿ ਉਹਦੇ ਗੁਨਾਹਾਂ ਦਾ ਨੀ ਸੀ ਪਤਾ ਜਾਂ ਕੋਈ ਹੋਰ ਜਿਹੜੀਆਂ, ਮੈਂ ਇਸ ਵਿਚਾਰ ਚਰਚਾ 'ਚ ਨਹੀਂ ਪੈਣਾ ਚਾਹੁੰਦਾ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਇਹ ਮਸਲਾ ਵਿਚਾਰ ਅਧੀਨ ਹੈ, ਪਰ ਜਿਹੜੀ ਚੇਤ ਵਾਲੀ ਗੱਲ ਹੈ, ਜਾਣੇ ਵਾਲੀ ਗੱਲ ਹੈ, ਉਹਦੇ 'ਚ ਇਹ ਵੀ ਹੈ ਤੇ ਹੋ ਸਕਦਾ ਕਿ ਕੁਛ ਹੋਰ ਵੀ, ਬਿਲਕੁਲ ਜਿਹੜੇ ਰਾਮ ਰਹੀਮ ਨੂੰ ਜਿਹੜੀ ਕੇਸ ਵਾਪਸ ਲਿਆ ਗਿਆ ਉਹ ਵੀ ਬਹੁਤ ਵੱਡਾ ਮਸਲਾ, ਉਹਦੇ ਬਾਰੇ ਵੀ ਸਾਰਾ ਕੁਛ ਆਪਾਂ ਕਰਾਂਗੇ, ਵਿਚਾਰਾਂ ਕਰਾਂਗੇ, ਉਹ ਕਿਉਂ ਮਾਫ ਹੋਇਆ, ਕਿੰਨੇ ਕੀਤਾ, ਕਿਵੇਂ ਕੀਤਾ, ਹਾਂਜੀ ਜੀ, ਤੇ ਉਹਦੇ ਬਾਰੇ ਇਹ ਜਿਹੜਾ ਆ, ਉਸ ਤੋਂ ਬਾਅਦ ਜਿਹੜੀ ਆ ਉਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਸੀਗੀਆਂ ਜਿਨ੍ਹਾਂ ਨੇ ਉਸ ਸਮੇਂ ਅਜਿਹਾ ਕਦਮ, ਜਦੋਂ ਕੋਡ ਆਫ ਕੰਡਕਟ ਲੱਗਾ ਸੀਗਾ, ਕਿਸੇ ਦੀ ਵੀ ਸਰਕਾਰ ਨਹੀਂ ਸੀ, ਤੇ ਇਹ ਜਿਹੜਾ ਪ੍ਰਸ਼ਾਸਨ ਇਹ ਮਹਿਸੂਸ ਕਰ ਰਿਹਾ ਸੀਗਾ ਕਿ ਸਰਕਾਰ ਕਾਂਗਰਸ ਦੀ ਬਣ ਰਹੀ ਹੈ, ਔਰ ਡੇਰੇ ਸਰਸੇ ਨੇ ਵੀ ਇੱਕ ਤਰ੍ਹਾਂ ਓਪਨਲੀ ਜਿਹੜੀ 2012 ਦੇ ਵਿੱਚ ਜਿਹੜੀ ਸਪੋਰਟ ਹੈ ਕਾਂਗਰਸ ਨੂੰ ਦਿੱਤੀ ਸੀ, ਔਰ ਕੈਪਟਨ ਅਮਰਿੰਦਰ ਸਿੰਘ ਨੇ ਓਪਨਲੀ ਕਿਹਾ ਸੀਗਾ ਕਿ ਸਾਨੂੰ ਜਿਹੜੀ ਡੇਰੇ ਦੀ ਸਪੋਰਟ ਹਾਸਲ ਹੈ ਅਕਾਲੀ ਦਲ ਔਰ ਡੇਰੇ ਸਰਸੇ ਦੇ ਕਰਕੇ ਹੀ ਕਾਂਗਰਸ 2007 ਦੇ ਵਿੱਚ ਮਾਲਵਾ ਸਵੀਪ ਕੀਤਾ, ਔਰ 2012 ਦੇ ਵਿੱਚ ਵੀ ਲਗਭਗ ਉਹਨਾਂ ਨੇ ਮਾਲਵਾ ਸਵੀਪ ਕੀਤਾ, ਤੇ ਸਰਕਾਰਾਂ ਮਾਝੇ ਤੇ ਦੁਆਬੇ ਦੇ ਸਿਰ ਤੇ ਬਣਦੀਆਂ ਰਹੀਆਂ। ਕਿਹੜੀ ਮਤ ਦੀ ਗੱਲ ਕਰਦੇ ਹਾਂ, ਕਿਹੜੀਆਂ ਵੋਟਾਂ ਦੀ ਗੱਲ ਕਰਦੇ ਹਾਂ ਜੀ? ਇਸ ਕਰਕੇ ਜਿਹੜਾ ਆ ਕਈ ਗੱਲਾਂ ਐਵੇਂ ਬਣਾ ਬਣਾ ਕੇ ਪੇਸ਼ ਕੀਤੀਆਂ ਗਈਆਂ ਨੇ, ਮੈਂ ਅੱਜ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਇਹ ਜਿਹੜਾ ਮਾਮਲਾ ਵਿਚਾਰ ਰਹੇ ਹੈ।